ਮੈਮ ਕੀ ਮੋਟਿਵ ਹੈ ਜੀ ਪ੍ਰੈਸ ਕਾਨਫਰੰਸ ਦਾ? ਅੱਜ ਦੀ ਪ੍ਰੈਸ ਕਾਨਫਰੰਸ ਦਾ ਮੋਟਿਵ ਹੈਗਾ ਜੀ ਕਿ ਪਿਛਲੇ 2-3 ਦਿਨਾਂ 'ਚੋਂ ਸਾਡੀ ਜਿਹੜੀ CIA ਟੀਮ ਹੈਗੀ ਹੈਡਡ ਬਾਏ ਸੁਪਰਵਾਈਜ਼ਡ ਬਾਏ SPD ਪ੍ਰਗਿਆ ਜੈਨ ਮੈਡਮ, DSPD ਪਵਨਜੀਤ ਔਰ ਜਿਹੜੇ ਸਾਡੇ ਇੰਚਾਰਜ CIA ਅਮਨਦੀਪ ਔਰ ਜਿਹੜੇ ਐਂਟੀ ਨਾਰਕੋਟਿਕ ਸੈੱਲ ਦੇ ਸਾਡੇ ਦੋਨੋਂ ਇੰਚਾਰਜਸ ਹੈਗੇ ਇੰਸਪੈਕਟਰ ਜਗਜੀਵਨ ਔਰ ਸਬ ਇੰਸਪੈਕਟਰ ਸੁਖਬੀਰ, ਸਾਡੀ ਸਾਰੀ ਜੁਆਇੰਟ ਟੀਮ ਨੇ ਮਾੜੇ ਅਨਸਰਾਂ ਦੇ ਖਿਲਾਫ ਅਸੀਂ ਐਕਸ਼ਨ ਲੈਂਦੇ ਹੋਏ ਵੱਡੀ ਰਿਕਵਰੀ ਕੀਤੀ ਅਸਲੇ ਦੀ, ਜਿਹਦੇ 'ਚ ਸਾਨੂੰ ਅਸਲਾ ਸਪਲਾਈ ਕਰਨ ਵਾਲਾ ਜਿਹੜਾ ਇੰਟਰ ਸਟੇਟ ਗਿਰੋਹ ਹੈ ਇਹਦਾ ਪਰਦਾਫਾਸ਼ ਹੋਇਆ ਔਰ ਸਾਡੇ ਕੋਲ 5 ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਔਰ 14 ਅਸਲਿਆਂ ਦੀ ਰਿਕਵਰੀ ਕੀਤੀ ਹੈ। ਇਹਦੀ ਡਿਟੇਲ 'ਚ ਜੀ ਅਸੀਂ 2 FIRs ਲੌਂਚ ਕੀਤੇ। ਪਹਿਲਾ ਹੈਗਾ 21 ਨਵੰਬਰ ਨੂੰ ਥਾਣਾ ਦੁਰਾਹਾ ਦੀ ਪੁਲਿਸ ਨੇ ਨਾਕੇਬੰਦੀ 'ਚ 2 ਮੁਲਜ਼ਮ ਫੜੇ ਸੀਗੇ, ਇੱਕ ਦਾ ਨਾਮ ਮੋਹਿਤ ਜਗੋਤਾ ਹੈ ਔਰ ਦੂਜਾ ਦਿਵਾਂਸ਼ੂ ਧੀਰ ਹੈ, ਦੋਨੋਂ ਲੁਧਿਆਣੇ ਦੇ ਰਹਿਣ ਵਾਲੇ ਹੈ। ਇਹਨਾਂ ਦੋਨਾਂ ਤੋਂ 1 ਪਿਸਟਲ ਔਰ 2 ਮੈਗਜ਼ੀਨ ਬਰਾਮਦ ਹੋਏ ਸੀਗੇ ਔਰ ਦੁਰਾਹਾ ਥਾਣੇ 'ਚ FIR ਲੌਂਚ ਹੋਇਆ ਸੀ ਅੰਡਰ 2554 ਅਸਲਾ ਐਕਟ। ਔਰ ਉਸ ਤੋਂ ਬਾਅਦ ਜਦੋਂ ਅਸੀਂ ਤਫਤੀਸ਼ ਕੰਟੀਨਿਊ ਕੀਤੀ ਇਨਵੈਸਟੀਗੇਸ਼ਨ 'ਚ ਪਤਾ ਲੱਗਿਆ ਕਿ ਜਿਹੜਾ ਇਹ ਅਸਲਾ ਹੈਗਾ ਇਹ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸੀਗੇ। ਬੇਸਡ ਔਨ ਦੈਟ ਅਸੀਂ ਆਪਣੀ CIA ਦੀ ਟੀਮ ਨੂੰ ਮੱਧ ਪ੍ਰਦੇਸ਼ ਭੇਜਿਆ ਹੈਡਡ ਬਾਏ ਇੰਚਾਰਜ CIA ਇੰਸਪੈਕਟਰ ਅਮਨ। ਉੱਥੇ ਸਾਨੂੰ 25 ਨਵੰਬਰ ਨੂੰ ਇਸ ਟੀਮ ਨੇ ਬੁਰਹਾਨਪੁਰ ਪੈਂਦਾ ਮੱਧ ਪ੍ਰਦੇਸ਼ 'ਚ, ਉੱਥੇ 2 ਬੰਦੇ ਗ੍ਰਿਫਤਾਰ ਕੀਤੇ। ਇੱਕ ਦਾ ਨਾਂ ਹੈ ਗੁਰਲਾਲ ਉਚਵਾਰੀ, ਇਹ ਰਹਿਣ ਵਾਲਾ ਹੈ ਪਿੰਡ ਪਚੌਰੀ ਜ਼ਿਲ੍ਹਾ ਬੁਰਹਾਨਪੁਰ ਮੱਧ ਪ੍ਰਦੇਸ਼ ਦਾ, ਅਤੇ ਦੂਜੇ ਦਾ ਨਾਂ ਹੈ ਰਵੀ ਨਾਗਵਾਲ, ਰਵੀ ਸ਼ੰਕਰ ਨਾਗਵਾਲ, ਇਹ ਰਹਿਣ ਵਾਲਾ ਹੈ ਜ਼ਿਲ੍ਹਾ ਬੁਰਹਾਨਪੁਰ ਥਾਣਾ ਖਾਖਨਾ ਪੈਂਦਾ ਉੱਥੇ। ਇਹਨਾਂ ਦੋਨਾਂ ਤੋਂ ਸਾਨੂੰ ਮੱਧ ਪ੍ਰਦੇਸ਼ 'ਚ 10 ਪਿਸਟਲ, 32 ਬੋਰ ਔਰ ਮੈਗਜ਼ੀਨ ਸਮੇਤ ਬਰਾਮਦ ਹੋਏ। ਸੋ ਇਸ ਕੇਸ 'ਚ ਸਾਨੂੰ ਕੁੱਲ 11 ਅਸਲਿਆਂ ਦੀ ਬਰਾਮਦਗੀ ਹੋਈ ਹੈ ਔਰ 4 ਮੁਲਜ਼ਮ ਹੈਗੇ ਇਹਦੇ 'ਚ। ਔਰ ਇਸ ਤੋਂ ਇਲਾਵਾ ਇੱਕ ਹੋਰ ਪਰਚਾ ਥਾਣਾ ਦੁਰਾਹਾ 'ਚ ਦਰਜ ਹੋਇਆ 25 ਨਵੰਬਰ ਨੂੰ ਹੀ। ਇੱਥੇ ਜਿਹੜੀ ਥਾਣਾ ਦੁਰਾਹੇ ਦੀ ਪੁਲਿਸ ਪਾਰਟੀ ਹੈ ਇਹਨਾਂ ਨੇ ਬੱਸ ਸਟੈਂਡ ਦੁਰਾਹਾ ਦੇ ਕੋਲ ਇੱਕ ਬੰਦਾ ਜਿਹਦਾ ਨਾਂ ਰਕਸ਼ਿਤ ਸੈਨੀ ਹੈ ਇਹਨੂੰ ਸ਼ੱਕ ਦੇ ਬਿਨਾਂ 'ਤੇ ਰੋਕਿਆ ਸੀਗਾ, ਅਤੇ ਉਹਦੀ ਜਿਹੜੀ ਉਹਨੇ ਪਿੱਠੂ ਬੈਗ ਲਿਆ ਸੀ ਉਹਦੀ ਜਦੋਂ ਚੈਕਿੰਗ ਕੀਤੀ ਗਈ ਉਹਦੇ 'ਚ ਸਾਨੂੰ 2 ਪਿਸਟਲ, 32 ਬੋਰ ਵਿਦ ਮੈਗਜ਼ੀਨ ਔਰ 1 ਦੇਸੀ ਪਿਸਤਲ, 30 ਬੋਰ ਬਰਾਮਦ ਹੋਇਆ। ਇਸ ਦੇ ਬਿਹਾਫ 'ਤੇ ਮੁਕੱਦਮਾ 175 ਅੰਡਰ ਸੈਕਸ਼ਨ 2554-59 ਅਸਲਾ ਐਕਟ ਅਗੇਨ ਦੁਰਾਹਾ ਥਾਣੇ 'ਚ ਹੀ ਰਜਿਸਟਰ ਕੀਤਾ ਗਿਆ ਔਰ ਇਹਦੀ ਪੁੱਛਗਿੱਛ ਅੱਗੇ ਜਾਰੀ ਚੱਲ ਰਹੀ ਹੈ ਜੀ। ਸੋ ਇਸ ਤਰ੍ਹਾਂ ਸਾਡੀ ਜਿਹੜੀ ਟੀਮ ਹੈ ਦੁਰਾਹਾ ਪੁਲਿਸ ਔਰ CIA ਔਰ ਜਿਹੜੇ ਹਾਈਟੈਕ ਨਾਕੇ ਅਤੇ ਇੰਚਾਰਜ ਨਾਰਕੋਟਿਕ ਸੈੱਲਸ ਹੈਗੇ, ਇਹਨਾਂ ਸਾਰਿਆਂ ਦੀ ਮੁਸ਼ਤੈਦੀ ਕਾਰਨ ਅਸੀਂ ਇੰਨੀ ਵੱਡੀ ਜਿਹੜੀ ਅਸਲੇ ਦੀ ਰਿਕਵਰੀ ਕੀਤੀ ਹੈ, ਜਿਹਨੂੰ ਆਈ ਐਮ ਸ਼ੋਰ ਕਿਸੇ ਨਾ ਕਿਸੇ ਗਲਤ ਕੰਮ ਲਈ ਹੀ ਯੂਜ਼ ਹੋਣਾ ਸੀਗਾ। ਸੋ ਇਹ ਅਸੀਂ ਪ੍ਰੀਐਮਟ ਕੀਤਾ ਹੈ ਕ੍ਰਾਈਮ ਔਰ ਆਈ ਐਮ ਸ਼ੋਰ ਸਾਡਾ ਇਹ ਜਿਹੜਾ ਡਰਾਈਵ ਹੈ ਅੱਗੇ ਚੱਲਦਾ ਰਹੇਗਾ ਔਰ ਅਸੀਂ ਇਹਦੀ ਤਫਤੀਸ਼ 'ਚ ਹੋਰ ਪਹਿਲੂ ਬਾਹਰ ਲੈ ਕੇ ਆਵਾਂਗੇ ਕਿ ਇਹਦਾ ਕੀ ਕਿੱਥੇ ਇਹਨਾਂ ਨੇ ਯੂਜ਼ ਕਰਨਾ ਸੀ ਕਿਸ ਕੰਮ ਲਈ। ਔਰ ਇੱਕ ਚੀਜ਼ ਹੋਰ ਹੈ ਜੀ, ਜਿਹੜੇ ਦੋਸ਼ੀ ਗ੍ਰਿਫਤਾਰ ਹੋਏ ਹੈ ਜਿਹੜਾ ਰਕਸ਼ਿਤ ਸੈਨੀ ਹੈ ਜਿਹੜਾ ਸੈਕਿੰਡ ਕੇਸ ਹੈ ਉਹਦੇ 'ਤੇ ਆਲਰੇਡੀ 3 ਪਰਚੇ ਅੰਮ੍ਰਿਤਸਰ 'ਚ ਦਰਜ ਹੈਗੇ, ਇਹ ਰਹਿਣ ਵਾਲਾ ਵੀ ਅੰਮ੍ਰਿਤਸਰ ਦਾ ਹੀ ਹੈਗਾ। ਇੱਕ ਪਰਚਾ ਇਹਦੇ 'ਤੇ ਪਹਿਲਾਂ ਵੀ ਅਸਲਾ ਐਕਟ ਦਾ ਹੋਇਆ ਸੀਗਾ ਮੋਹਾਲੀ, ਇੱਕ 2020 'ਚ ਹੋਇਆ ਸੀ ਅਸਲਾ ਐਕਟ ਦਾ ਅੰਮ੍ਰਿਤਸਰ ਔਰ ਤੀਜਾ ਪਰਚਾ 2020 'ਚ ਹੋਇਆ ਸੀ, ਉਹਦੇ 'ਚ ਇਹ POV ਡਿਕਲੇਅਰਡ ਹੈ। ਔਰ ਜਿਹੜਾ ਗੁਰਲਾਲ ਉਚਵਾਰੀ ਹੈ ਮੱਧ ਪ੍ਰਦੇਸ਼ ਦਾ ਉਹਦੇ 'ਤੇ ਵੀ ਇੱਕ ਅਸਲਾ ਐਕਟ ਦਾ FIR ਸੀਗਾ 10 ਸਾਲ ਪਹਿਲਾਂ, ਜਿਹਦੇ 'ਚ ਇਹਨੂੰ ਸਜ਼ਾ ਹੋ ਚੁੱਕੀ ਹੈ। ਉਸ ਤੋਂ ਇਲਾਵਾ ਬਾਕੀ ਜਿਹੜੇ 4 ਹੈਗੇ ਉਹਨਾਂ 'ਤੇ ਕੋਈ ਕ੍ਰਿਮੀਨਲ ਬੈਕਗ੍ਰਾਊਂਡ ਨਹੀਂ ਹੈ। ਐਂਡ 1 ਮੋਰ ਅਚੀਵਮੈਂਟ ਆਈ ਵੁੱਡ ਲਾਈਕ ਟੂ ਹਾਈਲਾਈਟ ਇਸ ਕਿ ਇਸ ਇਹਨਾਂ ਦੋਨੋਂ FIRs ਤੋਂ ਬਾਅਦ ਸਾਡੇ 1 ਜਨਵਰੀ ਤੋਂ ਲੈ ਕੇ ਹੁਣ ਤੱਕ ਅਸੀਂ ਜਿਹੜੇ ਅਸਲਾ ਐਕਟ ਦੇ 33 ਮੁਕੱਦਮੇ ਦਰਜ ਕਰ ਚੁੱਕੇ, 78 ਦੋਸ਼ੀ ਫੜ ਚੁੱਕੇ ਔਰ ਹੁਣ ਤੱਕ ਅਸੀਂ 115 ਅਸਲਾ, 253 ਕਾਰਤੂਸ ਔਰ 72 ਮੈਗਜ਼ੀਨਸ ਰਿਕਵਰ ਕਰ ਚੁੱਕੇ, ਵਿਚ ਇਜ਼ ਅ ਵੈਰੀ ਗੁੱਡ ਬਿਗ ਰਿਕਵਰੀ ਆਈ ਵੁੱਡ ਸੇ। ਐਂਡ ਇਹਦਾ ਸਾਰਾ ਸ਼੍ਰੇਅ ਮੇਰੀ ਟੀਮ ਨੂੰ ਜਾਂਦਾ ਜਿਹੜੇ ਕੰਟੀਨਿਊਸਲੀ ਇਸ ਡਰਾਈਵ 'ਤੇ ਲੱਗੇ ਹੋਏ ਆ। ਐਂਡ ਆਈ ਐਮ ਸ਼ੋਰ ਕਿ ਅਸੀਂ ਹੋਰ ਵੀ ਰਿਕਾਰਡਸ ਇੱਦਾਂ ਹੀ ਕਾਇਮ ਕਰਾਂਗੇ ਔਰ ਸਾਡੀ ਟੀਮ ਵਧੀਆ ਕੰਮ ਕਰਦੀ ਰਹੇਗੀ। ਕਿਹੜੇ ਗੈਂਗ ਨਾਲ ਜੁੜੇ ਸੀ ਹੁਣ ਤੱਕ ਪਤਾ ਲੱਗੇ ਸੀ?